ਕਿਹੜੀਆਂ ਚੀਜ਼ਾਂ ਤੇ ਮਨ ਲਾਣਾ? ਮੈਨੂੰ ਨਾ ਤਿੰਨ ਬੰਦੇ ਚਾਹੀਦੇ, ਤਿੰਨ ਜਾਂ ਚਾਰ ਬੰਦੇ, ਕਮ ਔਨ ਜਲਦੀ ਆਓ, ਇੱਕ ਪੈਨ ਦਿਓ ਮੈਨੂੰ ਕੁਇਕਲੀ, ਪੈਨ ਔਰ ਮਾਰਕਰ ਹੈ ਨਹੀਂ ਬ੍ਰਦਰ, ਪੈਨ ਦਿਓ। ਫੜੋ ਇੱਕ ਪੇਪਰ, ਹਲੋ ਜਲਦੀ ਜਲਦੀ ਜਲਦੀ, ਹਲੋ ਏਦਾਂ ਕਰੋ, ਇੱਕ ਬੰਦਾ ਹੋਰ ਹੈ ਜੋ ਇੱਦਾਂ ਉਹਨਾਂ ਵੱਲ ਕਰ ਲਓ, ਕਰਕੇ ਪੜ੍ਹ ਲਓ, ਉੱਧਰ ਨੂੰ ਮੂੰਹ ਕਰ, ਉੱਧਰ ਨੂੰ ਇਹਦਾ ਕਰ ਲਓ ਪੇਪਰ, ਇੱਦਾਂ ਇੱਦਾਂ ਕਰਕੇ ਪੜ੍ਹ ਲਓ। ਪਿਆਰ ਦਾ ਓਪੋਜ਼ਿਟ ਕੀ ਆ? ਨਫ਼ਰਤ। ਇਮਾਨਦਾਰੀ ਦਾ ਓਪੋਜ਼ਿਟ ਕੀ ਆ? ਧੋਖਾ। ਮੇਲ ਮਿਲਾਪ ਦਾ ਓਪੋਜ਼ਿਟ ਕੀ ਆ? ਤੋੜਨਾ। ਧੀਰਜਵਾਨ ਦਾ ਓਪੋਜ਼ਿਟ ਕੀ ਆ? ਪੇਸ਼ੈਂਸ। ਪੇਸ਼ੈਂਸ ਦਾ ਓਪੋਜ਼ਿਟ ਕੀ ਆ? ਇਮਪੇਸ਼ੈਂਟ, ਜਿਹੜਾ ਸਬਰ ਨਹੀਂ ਕਰਦਾ। ਹੁਣ ਇਹ ਹੈ ਗਿਆ ਉਤਾਹਾਂ ਦੀਆਂ ਚੀਜ਼ਾਂ, ਜਿਹੜੀਆਂ ਇਹਦੇ ਓਪੋਜ਼ਿਟ ਆ ਉਹ ਇੱਥੇ ਦੀਆਂ ਚੀਜ਼ਾਂ ਆ। ਤੁਸੀਂ ਕਿੱਥੇ ਜੀਣਾ ਚਾਹੁੰਦੇ ਆ? ਤੁਹਾਡੀ ਮਰਜ਼ੀ ਆ। ਨਫ਼ਰਤ ਵਿੱਚ ਜੀਣਾ ਚਾਹੁੰਦੇ ਆ? ਕਰੀ ਆ, ਕੋਈ ਗੱਲ ਨਹੀਂ, ਸਾਰੀ ਦੁਨੀਆ ਕਰਦੀ ਆ, ਤੁਹਾਡੇ ਦੋਨੋਂ ਕੋਈ ਫਰਕ ਨਹੀਂ ਹੈਗਾ ਫਿਰ। ਯੂ ਅੰਡਰਸਟੈਂਡ? ਹੁਣ ਇਮਾਨਦਾਰੀ ਦਾ ਓਪੋਜ਼ਿਟ ਕੀ ਆ? ਧੋਖਾ। ਉਹ ਕੋਈ ਗੱਲ ਨਹੀਂ, ਮੇਰਾ ਕਿਹੜਾ ਮਾਲਕ ਦੇਖਣ ਦਿਆ, ਦੋ ਬਰਗਰ ਕਰ ਲਓ ਗੁੱਛੀ ਸਾਈਡ 'ਤੇ। ਉੜ ਕੇ ਘਰੇ ਗਏ, ਢਿੱਡ ਸਾਹਿਬ ਕਹਿੰਦੇ ਗਏ, ਭੱਜਿਆ ਨਹੀਂ। ਓਕੇ, ਮੇਲ ਮਿਲਾਪ ਦਾ ਓਪੋਜ਼ਿਟ ਕੀ ਆ? ਲੜਾਈਆਂ। ਅਗਰ ਤੁਸੀਂ ਵੀ ਲੜਾਈਆਂ ਪਵਾਉਂਦੇ ਆ, ਹਰ ਆਲਮੋਸਟ ਐਵਰੀ ਅਦਰ ਹਾਊਸ ਇਨ ਇੰਡੀਆ, ਗੁਆਂਢ ਵਿੱਚ ਕਰ ਹੀ ਰਿਹਾ ਆ, ਤੁਸੀਂ ਕੁਝ ਸਪੈਸ਼ਲ ਨਹੀਂ ਕਰ ਰਹੇ, ਯੂ ਡੂਇੰਗ ਦ ਸੇਮ ਥਿੰਗ। ਹੁਣ ਧੀਰਜਵਾਨ ਦਾ ਓਪੋਜ਼ਿਟ ਕੀ ਆ? ਸਬਰ ਹੀ ਨਹੀਂ। ਸਮਝ ਰਹੇ? ਉਤਾਹਾਂ ਦੀਆਂ ਚੀਜ਼ਾਂ ਕਿਹੜੀਆਂ ਆ? ਆੜੇ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਇਹ ਮੈਂ ਚਾਰ ਕੁ ਦੱਸੀਆਂ, ਦੇਰ ਆਰ ਲੋਟ ਲੋਟ ਆਫ ਥਿੰਗਸ, ਪਰ ਜਿਹੜੀਆਂ ਚੀਜ਼ਾਂ ਦੇ ਓਪੋਜ਼ਿਟ ਆ ਉਹ ਕੀ ਆ? ਇੱਥੇ ਦੀਆਂ ਆ। ਤੁਸੀਂ ਕਾਹਤੇ ਮਨ ਲਾਉਣਾ ਚਾਹੁੰਦੇ ਆ? ਯੂ ਡਿਸਾਈਡ ਫੋਰ ਯੋਰਸੈਲਫ। ਕਿੰਨੇ ਨੇ ਸਮਝ ਰਹੇ ਇਸ ਗੱਲ ਨੂੰ? ਅਗਰ ਤੁਸੀਂ ਆਏ, ਵਜਨ ਸੁਣਿਆ, ਘਰੇ ਗਏ, ਯੂ ਡੋਂਟ ਈਵਨ ਰਿਮੈਂਬਰ, ਭੁੱਲ ਗਏ, ਆਪਣੀ ਮਰਜ਼ੀਆਂ ਕਰਨ ਦੇ, ਦੈਨ ਯੂ ਆਰ ਵੇਸਟਿੰਗ ਯੋਰ ਟਾਈਮ ਹੇਅਰ ਸਿਟਿੰਗ ਹੇਅਰ। ਪਰ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਲਿਸਨ ਕੇਅਰਫੁਲੀ, ਅਗਰ ਇਹਨਾਂ ਚੀਜ਼ਾਂ ਨੂੰ ਅਪਲਾਈ ਕਰੋਗੇ, ਅਗਲੀ ਸੰਡੇ ਤੁਸੀਂ ਇੱਥੇ ਗਵਾਈ ਨਾਲ ਖੜੇ ਹੋਗੇ ਯਿਸੂ ਮਸੀਹ ਦੇ ਨਾਲ, ਤੁਹਾਡਾ ਕੈਰੈਕਟਰ ਦਿਖਾਉਂਦਾ ਤੁਸੀਂ ਕਿਹਦੀ ਔਲਾਦ ਆ। ਸਮਝ ਰਹੇ? ਕਈ ਬੱਚਾ ਆਪਣੇ ਪਿਓ ਵਾਂਗ ਕਰਦਾ, ਕਹਿੰਦੇ ਉਹਦੇ ਵਾਂਗੂ ਕਰਦਾ ਉਹਦਾ ਮੁੰਡਾ, ਹਨਾ। ਜੋ ਆਦਤਾਂ ਤੁਹਾਡੇ ਵਿੱਚ ਆ ਉਹ ਰਿਫਲੈਕਟ ਕਰਦੀਆਂ ਤੁਸੀਂ ਕਿਹਦੇ ਔਲਾਦ ਆ। ਸਮਝ ਰਹੇ? ਕਿਹਦੀ ਔਲਾਦ ਆ ਤੁਸੀਂ? ਹੈ ਯਿਸੂ ਮਸੀਹ ਕੌਣ ਆ? ਰਾਜਾ। ਰਾਜੇ ਦੀ ਔਲਾਦ ਹੋ ਗਏ। ਸਮਝ ਰਹੇ? ਮਹਾਰਾਜ ਰਾਜਾ ਪਤਾ ਕੀ ਕਹਿੰਦਾ? ਰਾਜਾ ਕਹਿੰਦਾ ਮੈਨੂੰ ਗੱਲ ਰਿਪੀਟ ਕਰਨ ਦੀ ਲੋੜ ਨਹੀਂ ਪੈਂਦੀ, ਆਈ ਵਿਸ਼। ਕਹਿੰਦਾ ਮੈਂ ਸਾਈਨ ਕਰਕੇ ਮੋਹਰ ਲਾਤੀ, ਦੱਸ, ਆਈ ਡੋਂਟ ਨੀਡ ਟੂ ਰਿਪੀਟ, ਕੰਮ ਹੋਣਾ ਚਾਹੀਦਾ, ਹੋਊਗਾ। ਅਗਰ ਤੇ ਰਾਜੇ ਦੀ ਔਲਾਦ ਨਹੀਂ ਆ, ਯੂ ਟ੍ਰਾਈਂਗ ਅਗੇਨ ਐਂਡ ਅਗੇਨ। ਕਹਿਣ ਦਾ ਮਤਲਬ ਔਲਾਦ ਹੈਗੀ ਆ ਪਰ ਤੁਸੀਂ ਪਛਾਣਿਆ ਨਹੀਂ। ਕਹਿੰਦਾ ਅਗਰ ਇੱਕ ਰਾਜੇ ਦੀ ਔਲਾਦ ਨਾ ਪਤਾ ਹੋਵੇ ਉਹਦੀ ਅਥੋਰਿਟੀ ਉਹਨੂੰ ਕੀ ਆ, ਵਚਨ 'ਚ ਲਿਖਿਆ ਕਹਿੰਦਾ ਕੋਈ ਗੁਲਾਮ ਦੇਵਾਂਗਿਆ, ਇੱਕ ਨੌਕਰ ਦੇਵਾਂਗਿਆ। ਨੌਕਰ ਨੂੰ ਪਤਾ ਨਹੀਂ, ਨੌਕਰ ਦੇ ਕੋਈ ਅਥੋਰਿਟੀ ਨਹੀਂ। ਅਗਰ ਇੱਕ ਰਾਜ ਦਾ ਪੁੱਤ, ਉਹਨੂੰ ਕੋਈ ਅਥੋਰਿਟੀ ਨਹੀਂ, ਕੁਛ ਨਹੀਂ ਪਤਾ, ਜਸਟ ਲਾਈਕ ਅ ਸਰਵੈਂਟ, ਜਿਹੜੇ ਗੁਲਾਮ ਰਾਜੇ ਨੇ ਰੱਖਿਆ, ਜਸਟ ਲਾਈਕ ਵਨ ਆਫ ਦੋਜ਼। ਬਟ ਦ ਮੂਮੈਂਟ ਯੂ ਨੋ ਤੁਸੀਂ ਕਿਹਦੀ ਔਲਾਦ ਆ, ਤੁਸੀਂ ਕੌਣ ਆ, ਮੋਹਰ ਲਾਓ, ਸਾਈਨ ਡਨ। ਤੁਸੀਂ ਲਾਈਵ ਟੈਸਟੀਮਨੀ ਸੁਣੀਆਂ, ਸਾਈਨ ਹੋਏ, ਟੈਸਟੀਮਨੀ ਵਾਪਸ ਆਈਆਂ, ਇਹਨਾਂ ਦੀ ਸਿਸਟਰ ਦੀ ਟੈਸਟ, ਇਹਨਾਂ ਦੀ ਗਵਾਹੀ ਬਹੁਤ ਜ਼ਬਰਦਸਤ ਆ। ਤਿੰਨ ਵਾਰੀ ਪੀ ਆਰ ਦੀ ਫਾਈਲ ਅਪਲਾਈ ਕੀਤੀਆਂ, ਹਨਾ, ਪੀ ਆਰ ਟੂ ਪੀ ਆਰ, ਫਿਰ ਐਕਸਪ੍ਰੈਸ ਐਂਟਰੀ, ਤੀਜੀ ਵਾਰੀ, ਹੋਰ ਕਿਹੜੀ, ਸਾਰਾ ਬਿਲ ਕਰਤਾ ਜੀ ਮਹਾਰਾਜ। ਆਈ ਰਿਮੈਂਬਰ ਲਾਸਟ ਟਾਈਮ ਜਦੋਂ ਆਪਾਂ ਇੱਥੇ ਮਿਲੇ ਸੀ, ਹਨਾ, ਅਤੇ ਤੁਸੀਂ ਕੁਝ ਲਿਖਿਆ ਸੀਗਾ, ਜੋ ਤੁਹਾਡੀ
ਸਪਿਰਿਟ ਚ ਲਿਖਿਆ ਹੋਇਆ ਯੂ ਆਰ ਲੁਕਿੰਗ ਫੋਰ ਮੈਂ ਸਾਈਨ ਮਾਰਦਾ ਉੱਥੇ ਯਿਸੂ ਮਸੀਹ ਦੇ ਸਾਹਮਣੇ ਨਾਲ ਰਾਈਟ ਦਿਸ ਮੋਮੈਂਟ ਇਸੇ ਸਾਲ ਹੋਊਗਾ ਇਨ ਦਾ ਨੇਮ ਆਫ ਜੀਸਸ ਓ ਨੋ ਨੋ ਜਿਆਦਾ ਨੈਕਸਟ ਵੀਕ ਕਿੰਨੇ ਸਮਝ ਰਹੇ ਆ ਮਹਾਰਾਜ ਯੂਨਾ ਜੋ ਨਹੀਂ ਹੈਗੇ ਇਹਨੇ ਵੇਟ ਕਰ ਰਹੇ ਹੋ ਨੈਕਸਟ ਟਾਈਮ ਨੋ ਨਾਓ ਏਂਜਲਸ ਲਿਸਨ ਨਾਓ ਸਮਝ ਰਹੇ ਹੋ ਯੂ ਜਸਟ ਨੀਡ ਟੂ ਰਿਅਲਾਈਜ਼ ਤੁਸੀਂ ਕੌਣ ਆ ਤੇ ਕਿਹੜੀਆਂ ਚੀਜ਼ਾਂ ਤੇ ਮਨ ਲਾਣਾ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਫੀਡ ਕਰਦੇ ਨਾ ਆਪਣੀ ਸਪਿਰਿਟ ਦੇ ਵਿੱਚ ਉਹ ਉੱਥੇ ਬਹਿ ਜਾਂਦੀਆਂ ਮੈਂ ਇਹਦਾ ਬੈਠਾ ਹੀ ਪਰਮੇਸ਼ਰ ਨਾਲ ਮੈਂ ਕਹਿ ਰਿਹਾ ਮੈਂ ਕੋਈ ਚੀਜ਼ ਦੇਖੀ ਹੈ ਨਾ ਅਚਾਨਕ ਮੈਂ ਸਕਰੋਲ ਕਰਦਾ ਪਰਮੇਸ਼ਰ ਕਹਿੰਦਾ ਐਨੀ ਥਿੰਗ ਯੂ ਵਾਚ ਭਾਵੇਂ ਤੁਹਾਨੂੰ ਇੱਕ ਸਕਿੰਟ ਹੀ ਦੇਖਿਆ ਤੇਰੇ ਅਨਕੋਨਸ਼ੀਅਸ ਮਾਈਂਡ ਵਿੱਚ ਲੱਗਿਆ ਲਾਈਕ ਮੈਂ ਲਾਸਟ ਨਾਈਟ ਸ਼ੇਅਰ ਕਰ ਰਹੀ ਤੁਹਾਡੇ ਅਨਕੋਨਸ਼ੀਅਸ ਮਾਈਂਡ ਦੇ ਵਿੱਚ ਬਹੁਤ ਚੀਜ਼ਾਂ ਜਾਂਦੀਆਂ ਤੁਹਾਨੂੰ ਪਤਾ ਬੱਚੇ ਤੁਹਾਨੂੰ ਓਬਜ਼ਰਵ ਕਰਦੇ ਆ ਜੋ ਤੁਸੀਂ ਕਰਦੇ ਆ ਫਿਰ ਉਹ ਚੀਜ਼ਾਂ ਨੂੰ ਕਾਪੀ ਕਰਦੇ ਤੁਹਾਡਾ ਮਨ ਅੱਖਾਂ ਕਹਿੰਦਾ ਅੱਖਾਂ ਨਾ ਅੱਖਾਂ ਤੁਹਾਡੀ ਰੂਹ ਦੀ ਕੀ ਆ ਡੋਰ ਆ ਹਨਾ ਇੱਕ ਇਹਦੇ ਰਾਹੀਂ ਤੁਹਾਡੀ ਸਪਿਰਿਟ ਜੋ ਤੁਸੀਂ ਦੇਖਦੇ ਜਾਂਦਾ ਅਗਰ ਤੁਸੀਂ ਇੱਕ ਵੀ ਚੀਜ਼ ਦੇਖੀ ਜੋ ਤੁਹਾਨੂੰ ਨਹੀਂ ਦੇਖਣੀ ਚਾਹੀਦੀ ਅਨਕੋਨਸ਼ੀਅਸ ਮਾਈਂਡ ਤੇ ਚਲੇ ਗਈ ਸਵੇਰੇ ਉੱਠੇ ਕੋਈ ਅੱਧੀ ਗਾਣਾ ਕਿਹੜੇ ਉਹ ਚੀਜ਼ਾਂ ਨੇ ਛੱਡਿਆ ਸੀ ਸੁਣ ਲਿਆ ਹੁਣ ਉਹੀ ਗਾਣਾ ਚੱਲ ਲੱਗਿਆ ਸਾਰੀ ਦਿਹਾੜੀ ਕਿਉਂ ਵਾਈ ਬਿਕੋਜ਼ ਉਹ ਅਨਕੋਨਸ਼ੀਅਸ ਮਾਈਂਡ ਵਿੱਚ ਚਲਾ ਗਿਆ ਭਾਵੇਂ ਤੁਸੀਂ ਧਿਆਨ ਵੀ ਦਿੱਤਾ ਉਹ ਚਲ ਗਿਆ ਅੰਦਰ ਇੰਨਾ ਤੁਹਾਡਾ ਮਨ ਨਾਜ਼ੁਕ ਚੀਜ਼ ਆ ਇਸੇ ਲਈ ਕਹਿੰਦਾ ਉਤਾਹਾਂ ਦੀਆਂ ਚੀਜ਼ਾਂ ਤੇ ਮਨ ਲਾ ਤਾਂ ਕਿ ਉਤਾਹਾਂ ਦੀਆਂ ਚੀਜ਼ਾਂ ਕਿਹੜੀਆਂ ਆ ਆਨੰਦ ਆਨੰਦਿਤ ਰਹੇ ਤੂੰ ਤੂੰ ਸ਼ਾਂਤੀ ਨਾਲ ਭਰਿਆ ਰਵੇਂ ਤੂੰ ਚੈਨ ਦੇ ਨਾਲ ਭਰਿਆ ਰਵੇਂ ਦੁਖੀ ਮਨ ਸਾਰਾ ਦੁਖੀ ਕਰੂਗਾ ਯਾਦ ਆ ਗਿਆ ਫਰੈਂਡਸ ਵਿੱਚ ਨਾ ਯਾਰ ਦੋਸਤ ਨਾ ਪਾਇਆ ਹੁੰਦਾ ਨੈਸ਼ ਆ ਨੈਸ਼ ਆਏ ਤੇ ਲੱਗ ਰਿਹਾ ਜਾਇਓ ਕੰਮ ਤੁਹਾਡਾ ਨੈਸ਼ ਹੀ ਹੋਇਆ ਵਾਈ ਬਿਕੋਜ਼ ਸਮਥਿੰਗ ਹੈਪਨਡ ਕਿਸੇ ਨਾ ਹੋਇਆ ਤੁਸੀਂ ਆਪਣੀ ਪਛਾਣ ਬਣਾਉਂਦੇ ਆ ਤੁਸੀਂ ਕੌਣ ਆ ਮੈਂ ਕਿਸੇ ਮੈਨੂੰ ਫੋਟੋ ਸੁਣਿਆ ਸੀ ਉਹਨੇ ਬੜੀ ਬਿਊਟੀਫੁਲ ਚੀਜ਼ ਦੱਸੀ ਕਹਿੰਦੇ ਲੇਡੀਜ਼ ਆਪਣੇ ਹਸਬੈਂਡ ਦੇ ਲਈ ਇੱਕ ਵਾਈ ਬਣਨਾ ਚਾਹੁੰਦੀ ਆ ਕਿ ਟੋਏ ਬਣਨਾ ਚਾਹੁੰਦੀ ਆ ਉਹਨਾਂ ਦੇ ਉੱਤੇ ਆ ਕਿ ਤੁਹਾਨੂੰ ਖਿਡੌਣੇ ਵਾਂਗ ਖੇਡਣ ਸੁਣੀ ਨੀ ਉੱਧਰ ਕਰਤੀ ਉੱਧਰ ਸੁੱਟਤੀ ਯੂ ਅੰਡਰਸਟੈਂਡ ਕਈ ਸਿਚੁਏਸ਼ਨ ਅਲੱਗ ਹੁੰਦੀਆਂ ਆਈ ਅੰਡਰਸਟੈਂਡ ਬਟ ਰਿਮੈਂਬਰ ਤੁਸੀਂ ਸੈੱਟ ਕਰਦੇ ਆ ਆਪਣੇ ਲਈ ਕਿ ਤੁਸੀਂ ਕਿੱਦਾਂ ਦੇ ਲੱਗਣਾ ਚਾਹੁੰਦੇ ਆ ਆਈ ਵੇਕ ਅਪ ਐਵਰੀ ਡੇ ਐਂਡ ਆਈ ਟੈਲ ਮਾਈ ਸੈਲਫ ਆਈ ਐਮ ਦ ਸਨ ਆਫ ਕਿੰਗ ਮਹਾਰਾਜ ਹਾਈ ਲੈਵਲ ਗੱਲਾਂ ਫਿਰ ਜੋ ਭਾਵੇਂ ਅਸਿਸਟੈਂਟ ਮੈਨੇਜਰ ਅਸਿਸਟੈਂਟ ਡਾਇਰੈਕਟਰ CEO oh you're slow you're slow man something is happening hallelujah thank you problem rakhna chahne rakh lo ammi aaju ga kitte ek minute liye apne akha band karo bolo parmeshwar main utaha di cheezan te man lawa ਮੈਂ ਹੇਠਾਂ ਦੀਆਂ ਚੀਜ਼ਾਂ ਤੇ ਨਹੀਂ ਮੈਂ ਧਰਤੀ ਦੀਆਂ ਵਸਤੂਆਂ ਤੇ ਨਹੀਂ ਮੈਂ ਸਵਰਗੀ ਵਸਤੂਆਂ ਤੇ ਮੰਨ ਲਵਾਂ ਕਰੋ ਕਰੋ ਪ੍ਰਾਰਥਨਾ ਸਭ ਜਣ ਬੋਲੋ